ਦੋਸਤੋ ਮੰਗਲ ਹਠੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਆਪਾਂ ਅੱਜ ਕੱਲ੍ਹ ਪੜ੍ਹਦੇ ਹਾਂ ਮੇਰੀ ਕਿਤਾਬ ਮੈਂ ਇੱਕ ਧੀ ਹਾਂ। ਇਹਦੀਆਂ ਜਿਹੜੀਆਂ 49 ਕਿਸ਼ਤਾਂ ਨੇ ਅਤੇ ਅੱਜ ਆਪਾਂ 20ਵੀਂ ਕਿਸ਼ਤ ਪੜ੍ਹਾਂਗੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵਧੀਆ ਲੱਗੂ ਅਤੇ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋਗੇ। ਸੁਣੋ ਜੀ, ਅਸੀਂ ਧੀਆਂ ਹਾਂ ਰੁੱਖਾਂ ਦੀ ਜੂਨ ਆਈਆਂ, ਅਸੀਂ ਧੀਆਂ ਹਾਂ ਰੁੱਖਾਂ ਦੀ ਜੂਨ ਆਈਆਂ, ਚੁੱਪ ਕਰਕੇ ਦੁੱਖ ਹੰਢਾ ਲਈਏ। ਸਾਨੂੰ ਭੁੱਖ ਅਤੇ ਤੇਹ ਦੀ ਪਈ ਆਦਤ, ਜੋ ਮਿਲਦਾ ਉਹ ਪੀ ਖਾ ਲਈਏ। ਜੀਆਂ ਸਾਰਿਆਂ ਲਈ ਪਕਾ ਦੌੜਾਂ, ਕਦੀ ਭੁੱਖੀਆਂ ਸਬਰ ਕਮਾ ਲਈਏ। ਝੂਠ ਮੀਠ ਦੀ ਕੀ ਪਰਵਾਹ ਸਾਨੂੰ, ਝੂਠ ਮੀਠ ਦੀ ਕੀ ਪਰਵਾਹ ਸਾਨੂੰ, ਮੈਲ ਲੇਖਾਂ ਵਿੱਚ ਲਿਖਾ ਲਈਏ। ਸਾਡੀ ਮਰਜ਼ੀ ਕਿਵੇਂ ਦੱਸ ਚੱਲ ਜਾਵੇ, ਤੈਨੂੰ ਸੱਚੀ ਗੱਲ ਸਮਝਾ ਲਈਏ। ਦਿਲ ਡਰਦਾ ਤੇਰਾ ਇਹ ਕਿਸ ਗੱਲੋਂ, ਉੱਠ ਪਿੰਜਰਿਓ ਪਿੰਜਰੇ ਜਾ ਬਹੀਏ। ਦਿਲ ਬੰਨੀਏ ਸਬਰ ਦੀਆਂ ਤੰਦੀਆਂ ਨਾਲ, ਫਾਹਾ ਫਰਜ਼ਦਾ ਗਲ ਵਿੱਚ ਪਾ ਲਈਏ। ਜੀਭਾਂ ਸੀਤੀਆਂ ਕੰਨਾਂ ਵਿੱਚ ਟਲੇ ਸਿੱਕੇ, ਜੀਭਾਂ ਸੀਤੀਆਂ ਕੰਨਾਂ ਵਿੱਚ ਟਲੇ ਸਿੱਕੇ, ਬੂਹੇ ਅੱਖੀਆਂ ਦੇ ਆਪੇ ਲਾ ਲਈਏ। ਦੁਨੀਆਦਾਰੀ ਦੇ ਇਹੋ ਰਿਵਾਜ਼ ਕੁੱਤੇ, ਦੁਨੀਆਦਾਰੀ ਦੇ ਇਹ ਰਿਵਾਜ਼ ਕੁੱਤੇ, ਕਿਵੇਂ ਆਪਣਾ ਆਪ ਬਚਾ ਲਈਏ। ਭਾਵੇਂ ਖੂਨ ਨੂੰ ਨਾਂਹ ਦਾ ਨਾਗ ਚੂਸੇ, ਮਹਿੰਦੀ ਫਿਰ ਵੀ ਹੱਥੀਂ ਸਜਾ ਲਈਏ। ਮਹਿੰਦੀ ਮਰ ਕੇ ਆਪਣਾ ਰੰਗ ਬਦਲੇ, ਅਸੀਂ ਜਿਉਂਦੇ ਜੀ ਰੰਗ ਵਟਾ ਲਈਏ। ਸੂਹੇ ਬੁੱਲਾਂ ਤੋਂ ਪੀਲੀਆਂ ਪੈ ਜਾਈਏ, ਸੂਹੇ ਰੰਗ ਤੋਂ ਪੀਲੀਆਂ ਪੈ ਜਾਈਏ। ਜਦੋਂ ਜੁਰਤ ਨਾਲ ਅੱਡਾ ਲਾ ਲਈਏ, ਸੂਹੇ ਰੰਗ ਤੋਂ ਪੀਲੀਆਂ ਪੈ ਜਾਈਏ। ਜਦੋਂ ਜਗਤ ਨਾਲ ਅੱਡਾ ਲਾ ਲਈਏ, ਕੜੀ ਹੱਥਾਂ ਨੂੰ ਲੱਗੇ ਕਲੀਰਿਆਂ ਦੀ, ਵਾਰ ਵਾਰ ਵਿੱਚ ਜੇਲ੍ਹ ਦੇ ਜਾ ਬਹੀਏ। ਨਸ਼ਾ ਪੀਣੇ ਨਿੱਤ ਖੁਸ਼ੀਆਂ ਰਹਿਣ ਪੀਂਦੇ, ਨਸ਼ਾ ਪੀਣੇ ਨਿੱਤ ਖੁਸ਼ੀਆਂ ਰਹਿਣ ਪੀਂਦੇ, ਰਸ ਹੁਸਨ ਦਾ ਮੁਫਤ ਲਟਾ ਲਈਏ। ਕੱਚੀ ਮਿੱਟੀ ਦੀ ਮੂਰਤ ਵਾਂਗ ਅੜੀਏ, ਘਰ ਕਿਸੇ ਦਾ ਰੋਜ਼ ਸਜਾ ਲਈਏ। ਧੂੰਆਂ ਅੱਖਾਂ 'ਚ ਪੈਣੋਂ ਨਾ ਹਟਦਾ ਏ, ਸੁਰਮਾ ਰੀਝ ਨਾਲ ਆਪ ਰੁੜਾ ਲਈਏ। ਰੁੜੇ ਸੁਰਮੇ ਦੀ ਜੋ ਕਦਰ ਜਾਣੇ, ਰੁੜੇ ਸੁਰਮੇ ਦੀ ਜੋ ਕਦਰ ਜਾਣੇ, ਐਸੇ ਗੁਰੂ ਨੂੰ ਹਾਲ ਸੁਣਾ ਲਈਏ। ਨਹੀਂ ਐਸੇ ਗੁਰੂ ਨੂੰ ਹਾਲ ਸੁਣਾ ਲਈਏ। ਉਮੀਦ ਹੈ ਜੀ ਤੁਹਾਨੂੰ ਵਧੀਆ ਲੱਗੀ ਹੋ। ਸਤਿ ਸ਼੍ਰੀ ਅਕਾਲ।